ਜ਼ਿਲ੍ਹਾ ਤਰਨ ਤਾਰਨ ਵਿਖੇ ਗੰਨੇ ਦੀ ਫਸਲ ਨਾਲ ਸੰਬੰਧਿਤ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਗੰਨੇ ਦੀ ਖੇਤੀ ਦੀ ਉਤਪਾਦਨ ਦੀ ਨਵੀਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਗੰਨਾ ਖੇਤੀ ਸਲਾਹਕਾਰ ਡਾਕਟਰ ਗੁਰਇਕਬਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੰਨੇ ਦਾ ਵੱਧ ਚਾੜ ਲੈਣ ਦੇ ਲਈ ਨਵੀਆਂ ਗੰਨਾ ਉਤਪਾਦਨ ਤਕਨੀਕਾਂ ਅਪਣਾਉਣੀਆਂ ਪੈਣਗੀਆਂ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ। ਗੰਨੇ ਦੇ ਜਿਹੜਾ ਅਸੂ ਕਤੇ ਦੀ ਬਿਜਾਈ ਆ ਉਹਦੇ ਤੇ ਇੱਕ ਸੈਮੀਨਾਰ ਆਪਣੇ ਫਾਰਮ ਤੇ ਹਰਿਆਣ ਫਾਰਮ ਭਾਂਬੜੀ ਤੇ ਰੱਖਿਆ ਸੀ, ਕਿਉਂਕਿ ਮੈਂ 2015 ਤੋਂ ਜਿਹੜਾ ਰਵਾਇਤੀ ਢੰਗ ਨਾਲ ਗੰਨਾ ਲਾਉਣਾ ਜਿਹੜਾ ਉਹ ਛੱਡ ਚੁੱਕਾ। ਮੈਂ ਪਿਛਲੇ 6 ਸਾਲ ਤੋਂ ਮੈਂ ਟ੍ਰੈਂਚ ਮੈਥਡ ਨੂੰ ਔਰ ਸਿੰਗਲ ਬੱਡ ਜਿਹੜੀ ਨਰਸਰੀ ਤਿਆਰ ਕਰਕੇ ਵਿਧੀਆ ਉਹਨੂੰ ਅਪਣਾ ਚੁੱਕਾ ਔਰ ਮੈਂ ਆਪਣੇ ਵਟਸਐਪ ਰਾਹੀਂ, ਫੇਸਬੁੱਕ ਰਾਹੀਂ, ਯੂਟਿਊਬ ਰਾਹੀਂ ਵੀ ਕਿਸਾਨਾਂ ਨੂੰ ਇਹ ਦੱਸ ਰਿਹਾ ਕਿ ਇਹਦੇ ਕੀ ਫਾਇਦੇ ਆ ਔਰ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਇਹਨੂੰ ਬੀਜਣਾ ਵਾ। ਔਰ ਮੈਂ ਹਰ ਸੀਜ਼ਨ ਦੇ ਵਿੱਚ ਜਦੋਂ ਅਗਸਤ ਸਤੰਬਰ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਜਿਹੜਾ ਉਹ ਜਾਗਰੂਕ ਕਰਦਾ ਵਾਂ। ਪ੍ਰਫੁੱਲ ਸਾਹਿਬ, ਇੱਕ ਤਾਂ ਬਹੁਤ ਵਧੀਆ ਜਿਹੜੀ ਨਿਵੇਕਲੀ ਪਿਰਤ ਪਾਈ ਹੈ ਵੀ ਇਹ ਸੈਮੀਨਾਰ ਕਿਸਾਨਾਂ ਵੱਲੋਂ ਆਯੋਜਿਤ ਕੀਤਾ ਗਿਆ ਹੈ ਰਿਆੜ ਫਾਰਮ ਭਾਂਬੜੀ ਵਿਖੇ ਹਰਿੰਦਰ ਸਿੰਘ ਰਿਆੜ ਦੇ ਖੇਤਾਂ 'ਚ, ਅਤੇ ਸਾਨੂੰ ਇੱਕ ਨੁਮਾਇੰਦੇ ਦੇ ਤੌਰ 'ਤੇ ਬੋਲਣ ਵਜੋਂ ਵਿੱਚ ਬੁਲਾਇਆ ਗਿਆ ਹੈ। ਆਮ ਤੌਰ 'ਤੇ ਮਹਿਕਮੇ ਸੈਮੀਨਾਰ ਅਰੇਂਜ ਕਰਦੇ ਨੇ, ਲੋਕ ਪਾਰਟੀਸਪੇਟ ਕਰਦੇ ਨੇ, ਇਹ ਲੋਕਾਂ ਵੱਲੋਂ ਸੈਮੀਨਾਰ ਹੈ, ਇਹ ਨਵੀਂ ਜਾਗਰਤੀ ਦਾ ਪ੍ਰਤੀਕ ਹੈ। ਇਸ ਵਿੱਚ ਅਸੀਂ ਜਿਹੜੀ ਅਸੂ ਕੱਤੇ ਦੇ ਵਿੱਚ ਬਿਜਾਈ ਆ ਰਹੀ ਗੰਨੇ ਦੀ, ਉਹ 'ਚ ਟ੍ਰੈਂਚ ਪਲਾਂਟੇਸ਼ਨ ਦੇ ਵਿੱਚ ਗੰਨਾ ਬੀਜਣ ਦੀ ਲੋਕਾਂ ਨੂੰ ਸਿਖਲਾਈ ਦਿੱਤੀ ਆ।